ਵਰਸ ਉਦੋਂ ਐਗਜ਼ਿਸਟ ਕਰੂਗਾ ਜੇ ਇਫ ਐਂਡ ਓਨਲੀ ਇਫ ਏ ਨੋਨ ਸਿੰਗੂਲਰ ਹੋਊਗਾ ਇਫ ਐਂਡ ਓਨਲੀ ਇਫ ਏ ਇਜ਼ ਅ ਨੋਨ ਸਿੰਗੂਲਰ ਹੁਣ ਨੋਨ ਸਿੰਗੂਲਰ ਦਾ ਕੀ ਮਤਲਬ ਹੈ ਯਾਦ ਹੈ ਡਿਟਰਮੀਨੈਂਟ ਦਾ ਜਵਾਬ ਜੀਰੋ ਨਹੀਂ ਆਊਗਾ ਤਾਂ ਜੇ ਜੀਰੋ ਨਹੀਂ ਆਊਗਾ ਤਾਂ ਹੀ ਏ ਦਾ ਇਨਵਰਸ ਐਗਜ਼ਿਸਟ ਕਰੂ ਇਹਦੀ ਥਿਊਰਮ ਵੀ ਹੈ ਪਰ ਆਪਾਂ ਥਿਊਰਮ ਚ ਨਹੀਂ ਜਾਣਾ ਆਪਾਂ ਰਿਜ਼ਲਟ ਕਰਦੇ ਹਾਂ ਏ ਇਨਵਰਸ ਦੀ ਵੈਲਿਊ ਕੀ ਹੈ ਇੱਕ ਬਟੇ ਏ ਦਾ ਡਿਟਰਮੀਨੈਂਟ ਐਡਜੋਇੰਟ ਆਫ ਜਦੋਂ ਵੀ ਆਪਾਂ ਏ ਇਨਵਰਸ ਕੱਢਣਾ ਹੈ ਜੇ ਤਾਂ ਆਪਾਂ ਨੂੰ ਕੋਈ ਇਕੁਏਸ਼ਨ ਦਿੱਤੀ ਹੈ ਫਿਰ ਤਾਂ ਅਲੱਗ ਤਰੀਕੇ ਨਾਲ ਕਰਾਂਗੇ ਉਹ ਆਪਾਂ ਹੁਣੇ ਕੁਐਸਚਨ ਕਰਦੇ ਹਾਂ ਜੇ ਨਹੀਂ ਦਿੱਤੀ ਇਕੱਲਾ ਏ ਮੈਟ੍ਰਿਕਸ ਦਿੱਤਾ ਫਿਰ ਉੱਥੇ ਆਪਾਂ ਇਨਵਰਸ ਐਵੇਂ ਕੱਢਾਂਗੇ ਪਹਿਲਾਂ ਉਹਦਾ ਡਿਟਰਮੀਨੈਂਟ ਕੱਢਾਂਗੇ ਉਹਦਾ ਐਡਜੋਇੰਟ ਕੱਢਾਂਗੇ ਤੇ ਫਾਰਮੂਲਾ ਐਡਜੋਇੰਟ ਕਿਵੇਂ ਕੱਢੀਦਾ ਸੀ ਕੋਫੈਕਟਰ ਮੈਟ੍ਰਿਕਸ ਦਾ ਟ੍ਰਾਂਸਪੋਜ਼ ਇਹ ਦੱਸੀਦਾ ਕੋਫੈਕਟਰ ਮੈਟ੍ਰਿਕਸ ਤੇ ਉਹਦਾ ਕੀ ਲੈਣਾ ਹੈ ਟ੍ਰਾਂਸਪੋਜ਼ ਉਹ ਐਡਜੋਇੰਟ ਆਫ ਏ ਹੁੰਦਾ ਹੁਣ ਆਪਾਂ ਏ ਇਨਵਰਸ ਦਾ ਫਾਰਮੂਲਾ ਕਰ ਲਿਆ ਕੀ ਹੈਗਾ ਇੱਕ ਬਟੇ ਏ ਡਿਟਰਮੀਨੈਂਟ ਤੇ ਨਾਲ ਕੀ ਹੈ ਐਡਜੋਇੰਟ ਆਫ ਏ ਤੇ ਐਡਜੋਇੰਟ ਆਫ ਏ ਕਿਵੇਂ ਕੱਢਣਾ ਕੋਫੈਕਟਰ ਮੈਟ੍ਰਿਕਸ ਦਾ ਕੀ ਲੈ ਲੈਣਾ ਹੁਣ ਜੇ ਇਹਨੂੰ ਵਰਤ ਕੇ ਏ ਇਨਵਰਸ ਕੱਢਣਾ ਤਾਂ ਮੈਨੂੰ ਇਹ ਗੱਲ ਦੱਸੋ ਇੱਥੇ ਏ ਇਨਵਰਸ ਵਾਲਾ ਜਿਹੜਾ ਆਪਾਂ ਹੁਣੇ ਫਾਰਮੂਲਾ ਕੀਤਾ ਉਹ ਆਪਾਂ ਇੱਥੇ ਲਾ ਸਕਦੇ ਹਾਂ ਕਿ ਨਹੀਂ ਇੱਥੇ ਏ ਇਨਵਰਸ ਵਾਲਾ ਫਾਰਮੂਲਾ ਨਹੀਂ ਲਾ ਸਕਦੇ ਕਿਉਂ ਕਿਉਂਕਿ ਉਹਨਾਂ ਨੇ ਇੱਥੇ ਸ਼ਬਦ ਲਿਖਿਆ ਹੈਂਸ ਹੈਂਸ ਦਾ ਮਤਲਬ ਤੋਂ ਹੀ ਏ ਇਨਵਰਸ ਕੱਢੋ ਆਪਣੇ ਵੱਲੋਂ ਫਾਰਮੂਲਾ ਨਹੀਂ ਲਾਉਣਾ ਤਾਂ ਇਸ ਚੀਜ਼ ਤੋਂ ਹੀ ਆਪਾਂ ਏ ਇਨਵਰਸ ਕਿਵੇਂ ਕੱਢਣਾ ਇਹ ਆਪਾਂ ਦੇਖਾਂਗੇ ਪਹਿਲਾਂ ਆਪਾਂ ਇਹ ਚੀਜ਼ ਪ੍ਰੂਫ ਕਰਨੀ ਹੈ ਇਹ ਚੀਜ਼ ਪ੍ਰੂਫ ਕਰਨੀ ਸਿੱਖੀ ਅੱਗੇ ਸਿੱਖੀ ਹੈ ਨਾ ਇਸ ਚੀਜ਼ ਨੂੰ ਪ੍ਰੂਫ ਕਰਨ ਲਈ ਇੱਕ ਤਾਂ ਏ ਸਕੇਅਰ ਚਾਹੀਦਾ ਇੱਕ ਮਾਈਨਸ ਪੰਜ ਏ ਚਾਹੀਦਾ ਤੇ ਇੱਕ ਸੱਤ ਆਈ ਚਾਹੀਦਾ ਇਹ ਸਾਰਾ ਕਰਕੇ ਕਿੰਨੇ ਬਰਾਬਰ ਜਵਾਬ ਆਉਣਾ ਚਾਹੀਦਾ ਜੀਰੋ ਮੈਟ੍ਰਿਕਸ ਠੀਕ ਹੈ ਜੀ ਹੁਣ ਏ ਸਕੇਅਰ ਹੈ ਆਪਣਾ ਕੰਮ ਥੋੜਾ ਜਿਹਾ ਸੌਖਾ ਹੈ ਕਿਉਂਕਿ ਕਿੰਨੇ ਬਾਏ ਕਿੰਨੇ ਦਾ ਦੋ ਬਾਏ ਦੋ ਤਿੰਨ ਬਾਏ ਤਿੰਨ ਦਾ ਕੰਮ ਥੋੜਾ ਔਖਾ ਹੋ ਜਾਂਦਾ ਹੈ ਨਾ ਏ ਸਕੇਅਰ ਤਿੰਨ ਇੱਕ ਮਾਈਨਸ ਇੱਕ ਦੋ ਤਿੰਨ ਇੱਕ ਮਾਈਨਸ ਇੱਕ ਦੋ ਚਲੋ ਕਰੋ ਜੀ ਤਿੰਨ ਤਿੰਨ ਜਾਂ ਨੌ ਅੱਠ ਗਿਆਰਾਂ ਮਾਈਨਸ ਇੱਕ ਨੌ ਮਾਈਨਸ ਇੱਕ ਕਿੰਨਾ ਹੋ ਗਿਆ ਅੱਠ ਆਹਾ ਤਿੰਨ ਆਹਾ ਕਿੰਨਾ ਹੋ ਗਿਆ ਟੋਟਲ ਪੰਜ ਪੰਜ ਹੁਣ ਆਹਾ ਮਾਈਨਸ ਤਿੰਨ ਕਿੰਨਾ ਹੋ ਗਿਆ ਮਾਈਨਸ ਪੰਜ ਆਹਾ ਮਾਈਨਸ ਇੱਕ ਕਿੰਨਾ ਹੋ ਗਿਆ ਜਵਾਬ ਤਿੰਨ ਆਹ ਇਸ ਤੇ ਹੁਣ ਆਪਾਂ ਅੱਗੇ ਕੀਤਾ ਸੀ ਆਪਾਂ ਨੂੰ ਭੁਲੇਖਾ ਨਾ ਪਵੇ ਆਪਾਂ ਮਾਈਨਸ ਨਹੀਂ ਚੱਕਾਂਗੇ ਇਕੱਲਾ ਏ ਨੂੰ ਕਿੰਨਾ ਮਲਟੀਪਲਾਈ ਕਰਾਂਗੇ ਪੰਜ ਫਾਈਵ ਏ ਬਰਾਬਰ ਪੰਜ ਤੀ ਏ ਪੰਦਰਾਂ ਪੰਜ ਏਕਮ ਪੰਜ ਪੰਜ ਏਕਮ ਪੰਜ ਅੱਗੇ ਮਾਈਨਸ ਪੰਜ ਦੂਣੀ ਦਸ ਠੀਕ ਹੈ ਜੀ ਸੱਤ ਆਈ ਆਈਡੈਂਟੀ ਮੈਟ੍ਰਿਕਸ ਕੀ ਹੋ ਗਿਆ ਸੱਤ ਜੀਰੋ ਜੀਰੋ
ਹੁਣ ਉਹ ਚੱਕਣ ਲੱਗੀ ਹੈ a ਸਕੁਅਰ ਮਾਈਨਸ 5 a ਪਲੱਸ 7 a ਸਕੁਅਰ ਹੈ ਗਿਆ 8 5 ਮਾਈਨਸ 5 3 ਮਾਈਨਸ 5 ਆ ਰਿਹਾ 15 5 ਮਾਈਨਸ 5 ਤੇ 10 ਪਲੱਸ 7 ਆਈ ਹੈ ਗਿਆ 0 7 ਓਏ 7 0 0 ਹੁਣ 8 ਮਾਈਨਸ 15 ਕਿੰਨੇ ਹੋ ਗਏ ਆਪਾਂ ਪਹਿਲਾਂ ਪਹਿਲਾਂ ਅੱਖਰ ਕਰੋ 8 ਮਾਈਨਸ 15 ਮਾਈਨਸ 7 ਮਾਈਨਸ 7 ਪਲੱਸ 7 ਮਾਈਨਸ 7 ਪਲੱਸ 7 0 ਆਹਾਂ 5 ਮਾਈਨਸ 5 0 ਤੇ ਆ 0 ਸਾਰੇ 0 ਦੀ ਬਾਤ ਮਾਈਨਸ 5 ਪਲੱਸ 5 0 ਤੇ ਆ 0 ਇੱਕ ਵਾਰ ਫੇਰ ਵੀ ਚੈੱਕ ਕਰ ਲੈਣਾ ਚਾਹੀਦਾ ਕਿ ਅਗਰ ਸ਼ਾਇਦ ਆਪਣੀ ਕੋਈ ਗਲਤੀ ਨਾ ਹੋ ਜਾਏ ਨਾਲ ਕਨਫਰਮ ਹੋ ਜਾਂਦਾ 3 ਤੇ ਮਾਈਨਸ 10 ਮਾਈਨਸ 7 ਵੱਡੀ ਰਕਮ ਦਾ ਨਿਸ਼ਾਨ ਮਾਈਨਸ 7 ਤੇ ਆ ਪਲੱਸ 7 ਹੁਣ ਆਪਣਾ ਨਲ ਮੈਟ੍ਰਿਕਸ ਜ਼ੀਰੋ ਮੈਟ੍ਰਿਕਸ ਬਣ ਗਿਆ ਇਹ ਆਪਣੀ ਚੀਜ਼ ਪ੍ਰੂਫ ਹੋ ਗਈ ਹੈ ਨਾ ਹੈਂਸ ਪ੍ਰੂਫ ਆਪਾਂ 6 ਨੰਬਰ 'ਚ 3 ਨੰਬਰ ਦਾ ਸਵਾਲ ਕਰ ਲਿਆ ਹੁਣ ਅੱਗੇ 3 ਨੰਬਰ ਦਾ ਸਵਾਲ ਏ ਇਨਵਰਸ ਕੱਢਣਾ ਠੀਕ ਹੈ ਉਹ ਕਿਵੇਂ ਕੱਢਣਾ ਇਹ ਵੀ ਦੇਖਣਾ ਹੁਣ ਆਪਣੇ ਕੋਲ ਹੈਗੀ ਹੈ a ਸਕੁਅਰ ਮਾਈਨਸ 5 a ਪਲੱਸ 7 ਆਈਡੈਂਟੀ ਬਰਾਬਰ 0 ਹੁਣ ਆਪਾਂ ਇਹਨੂੰ ਵਰਤ ਕੇ a ਇਨਵਰਸ ਕੱਢਣਾ ਕਿਵੇਂ ਜੇ ਮੈਂ 1 ਨੂੰ 7 ਨਾਲ ਜਾਂ ਕਿਸੇ ਵੀ ਨੰਬਰ ਨਾਲ ਗੁਣਾ ਕਰਾਂ ਜਵਾਬ ਕੀ ਆਊਗਾ 7 1 ਨੂੰ ਕਿਸੇ ਨਾਲ ਵੀ ਗੁਣਾ ਕਰੋ ਜਵਾਬ ਉਹ ਚੀਜ਼ ਆਉਂਦੀ ਹੈ ਨਾ ਜਿਹੜਾ ਨੰਬਰ ਉਵੇਂ ਜੇ ਮੈਂ ਆਈਡੈਂਟੀ ਨੂੰ ਮੈਟ੍ਰਿਕਸ ਵਿੱਚ 1 ਦਾ ਮਤਲਬ ਕੀ ਹੁੰਦਾ ਹੈ ਆਈਡੈਂਟੀ ਆਈਡੈਂਟੀ ਨੂੰ a ਇਨਵਰਸ ਨਾਲ ਮਲਟੀਪਲਾਈ ਕਰੂੰਗੀ ਤਾਂ ਜਵਾਬ ਕੀ ਆਊਗਾ a ਇਨਵਰਸ ਆਊਗਾ ਨਾ ਇਹੀ ਰੂਲ ਆਪਾਂ ਇੱਥੇ ਲਾਗੂ ਕਰਾਂਗੇ ਆਪਾਂ ਕੀ ਕਰਾਂਗੇ ਆਈਡੈਂਟੀ ਵਾਲੀ ਇਕੱਲੀ ਮੈਟ੍ਰਿਕਸ ਵਾਲੀ ਚੀਜ਼ ਨੂੰ ਦੂਜੇ ਪਾਸੇ ਲੈ ਜਾਵਾਂਗੇ ਫਿਰ ਸਾਰੀ ਰਕਮ ਨੂੰ ਕਿੰਨਾ ਗੁਣਾ ਕਰ ਦਾਂਗੇ a ਇਨਵਰਸ ਫਿਰ ਆਪਣੇ ਕੋਲ ਇੱਧਰਲੇ ਪਾਸੇ ਦਾ ਇਨਵਰਸ ਆ ਹੀ ਗਿਆ ਹਨਾ ਇਸ ਦੇ ਹਿਸਾਬ ਨਾਲ ਤਾਂ ਫਿਰ ਇੱਧਰ ਆਪਾਂ ਸੈਟਿੰਗ ਕਰ ਲਾਂਗੇ ਉਹ ਨਾਲ ਆਪਾਂ ਨੂੰ a ਇਨਵਰਸ ਦੀ ਵੈਲਿਊ ਆ ਜਾਊਗੀ ਸਮਝ ਲੱਗ ਗਿਆ ਕਿ ਸ਼ਰਤ a ਸਕੁਅਰ ਮਾਈਨਸ 5 a 7 ਆਈਡੈਂਟੀ ਮੈਟ੍ਰਿਕਸ ਉਧਰ ਲੈ ਕੇ ਜਾਵਾਂਗੇ ਤਾਂ ਕੀ ਬਦਲੂਗੀ ਮਾਈਨਸ 7 ਨਲ ਮੈਟ੍ਰਿਕਸ ਹੁਣ ਖਤਮ ਹੀ ਹੋ ਗਿਆ ਇੱਕ ਹੁਣ ਮੈਂ ਇਹਨੂੰ ਕਿੰਨਾ ਗੁਣਾ ਕਰੂੰਗੀ a ਇਨਵਰਸ ਹੁਣ ਆ ਏ ਸਕੇਅਰ ਦੇ ਨਾਲ ਏ ਸਕੇਅਰ ਦੇ ਨਾਲ 1 ਆ ਰਿਹਾ 1 a ਤੇ a ਇਨਵਰਸ ਏ ਸਕੇਅਰ ਸੀ ਨਾ 1 ਇਹ ਬਾਹਰ ਲਿਖਤਾ 1 a ਨੂੰ a ਇਨਵਰਸ ਨਾਲ ਜੋੜ ਮਾਈਨਸ 5 a ਤੇ a ਇਨਵਰਸ ਹੁਣ ਆਈਡੈਂਟੀ ਤੇ ਇਨਵਰਸ ਨੂੰ ਮਲਟੀਪਲਾਈ ਕਰਨ ਦੇ ਇਨਵਰਸ ਆਊਗਾ ਠੀਕ ਹੈ ਤੇ ਮਾਈਨਸ 7 a ਇਨਵਰਸ ਹੁਣ ਆ a ਤੇ a ਇਨਵਰਸ ਕੀ ਬਣ ਗਿਆ ਜੇ 3 ਤੇ ਗੁਣਾ 1 ਬਟੇ 3 ਕਰੀਏ ਤਾਂ ਜਵਾਬ ਕੀ ਆਉਂਦਾ ਇੱਕ ਆ 3 ਤੇ 3 ਕੱਟੇ ਜਾਂਦੇ ਆ ਹੁਣ ਇੱਥੇ a ਇਨਵਰਸ ਦਾ ਮਤਲਬ 3 ਗੁਣਾ 3 ਇਨਵਰਸ ਹੈ ਆ 3 ਨੂੰ ਜੇ ਘਾਤ ਲਿਖਦੇ ਐਵੇਂ ਹੀ ਬਣਦਾ ਮਾਈਨਸ 1 ਤਾਂ ਫਿਰ ਇਸਾ ਇੱਥੇ a ਤੇ ਇਨਵਰਸ ਕਿੰਨਾ ਹੋਊਗਾ ਆਈਡੈਂਟੀ ਇੱਥੇ 1 ਆਉਂਦਾ ਉੱਥੇ 1 ਦਾ ਮਤਲਬ ਕੀ ਹੈ ਆਈਡੈਂਟੀ a ਆਈਡੈਂਟੀ ਮਾਈਨਸ ਆ ਵੀ ਆਈਡੈਂਟੀ ਬਣ ਗਿਆ ਓ ਸੌਰੀ ਆਈਡੈਂਟੀ ਬਣ ਗਿਆ ਬਰਾਬਰ ਮਾਈਨਸ 7 a ਠੀਕ ਹੈ ਹੁਣ ਆਈਡੈਂਟੀ a ਇਨਟੂ a a ਨੂੰ ਜੇ ਆਈਡੈਂਟੀ ਮੈਟ੍ਰਿਕਸ ਨਾਲ ਮਲਟੀਪਲਾਈ ਕਰੇ ਤਾਂ ਜਵਾਬ ਕੀ ਆਊਗਾ a ਹੀ ਆਊਗਾ ਨਾ
ਤੁਸੀਂ ਜਿਵੇਂ ਆਪਾਂ ਨੰਬਰਾਂ ਚ ਇੱਕ ਲੈਣੇ ਆ, ਇੱਕ ਦਾ ਮਤਲਬ ਮੈਟ੍ਰਿਕਸ ਚ ਕੀ ਹੁੰਦਾ ਹੈ, ਤਾਂ ਇੱਥੇ ਇਹ ਹੀ ਆ ਗਿਆ a ਮਾਈਨਸ ਪੰਜ ਆਈਡੈਂਟੀ ਬਰਾਬਰ ਮਾਈਨਸ ਸੱਤ a ਇਨਵਰਸ। ਠੀਕ ਹੈ ਜੀ, ਹੁਣ ਮਾਈਨਸ ਸੱਤ ਕਿੱਥੇ ਜਾਊਗਾ, ਹੁਣ ਆਪਾਂ ਇਹਦਾ ਜਵਾਬ ਕੱਢੀਆ a ਇਨਵਰਸ ਕੱਢਣਾ ਹੈ ਨਾ। ਹੁਣ a ਕਿੰਨਾ ਆਪਣੇ ਕੋਲ, ਤਿੰਨ ਇੱਕ ਮਾਈਨਸ ਇੱਕ ਤੇ ਮਾਈਨਸ ਪੰਜ ਆਈਡੈਂਟੀ ਮੈਟ੍ਰਿਕਸ ਪੰਜ ਜੀਰੋ ਜੀਰੋ ਪੰਜ ਬਰਾਬਰ ਮਾਈਨਸ ਸੱਤ ਏ ਇਨਵਰਸ। ਦੱਸੋ ਕਿੰਨਾ ਜਵਾਬ ਆਇਆ, ਤਿੰਨ ਮਾਈਨਸ ਪੰਜ ਮਾਈਨਸ ਦੋ ਇੱਕ ਮਾਈਨਸ ਜੀਰੋ ਆਹ ਮਾਈਨਸ ਇੱਕ ਤੇ ਆਹ ਮਾਈਨਸ ਇੱਕ। ਹੁਣ ਆ ਮਾਈਨਸ ਸੱਤ ਇੱਧਰ ਜਾਊਗਾ, ਸਕੇਲਰ ਹੈ ਬਟੇ ਸੱਤ ਥੱਲੇ ਆਊਗਾ ਮਾਈਨਸ, ਤਾਂ ਆਪਣੇ ਕੋਲ ਆ ਏ ਇਨਵਰਸ ਦਾ ਜਵਾਬ ਆ ਗਿਆ। ਹੁਣ ਇੱਥੇ ਆਪਾਂ ਏ ਇਨਵਰਸ ਦਾ ਪਹਿਲਾ ਫਾਰਮੂਲਾ ਵਾਲਾ ਲਾਇਆ, ਜਿਹੜਾ ਆਪਾਂ ਫਾਰਮੂਲਾ ਹੁਣੇ ਕੀਤਾ ਨਹੀਂ ਲਾਇਆ, ਆਪਾਂ ਜੋ ਚੀਜ਼ ਦਿੱਤੀ ਸੀ ਉਹਨੂੰ ਵੀ ਵਰਤ ਕੇ ਏ ਇਨਵਰਸ ਆ ਵੀ ਜਵਾਬ ਸਹੀ ਹੈ। ਹੁਣ ਇੱਥੇ ਬਾਹਰ ਮਾਈਨਸ ਹੈ ਨਾ, ਵੱਧ ਤੋਂ ਵੱਧ ਇਹ ਮਾਈਨਸ ਨੂੰ ਤੁਸੀਂ ਅੰਦਰ ਵੀ ਲੈ ਕੇ ਜਾ ਸਕਦੇ ਹੋ, ਤਾਂ ਮਾਈਨਸ ਮਾਈਨਸ ਪਲੱਸ, ਇੱਥੇ ਮਾਈਨਸ ਪਲੱਸ ਤੇ ਇੱਥੇ ਪਲੱਸ। ਜੇ ਬਾਹਰ ਲੈ ਦੋਗੇ ਤਾਂ ਵੀ ਠੀਕ ਹੈ, ਜੇ ਫਾਦਰ ਇਹਨੂੰ ਅੰਦਰ ਲੈ ਜਾਓਗੇ ਤਾਂ ਵੀ ਠੀਕ ਹੈ, ਸੱਤ ਨੂੰ ਵੀ ਅੰਦਰ ਲੈ ਕੇ ਜਾਣਾ ਲੈ ਕੇ ਜਾ ਸਕਦੇ ਹੋ, ਬਾਹਰ ਰੱਖਣਾ ਬਾਹਰ ਰੱਖ ਸਕਦੇ ਹੋ, ਕੋਈ ਗੱਲ ਨਹੀਂ।